ਮਹਾਰਾਜਾ ਨਰਜੀਤ ਸਿੰਘ ਨੇ ਆਪਣੇ ਜਰਨਲ ਹਰੀ ਸਿੰਘ ਨਲੂਆ ਨੂੰ ਕਿਹਾ ਕਿ ਸਾਨੂੰ ਪਤਾ ਲੱਗਾ ਕਿ ਦਰਬੰਦ ਵਿੱਚ ਅੰਬਾਂ ਦੇ ਰੁੱਖਾਂ ਤੇ ਬਹੁਤ ਸਵਾਦ ਅੰਬ ਹੁੰਨੇ ਆਂ। ਇਹਦੇ ਜਵਾਬ 'ਚ ਹਰੀ ਸਿੰਘ ਨਲੂਏ ਨੇ ਕਿਹਾ ਕਿ ਮੇਰੇ ਮੁਰਸ਼ਦ ਦਰਬੰਦ ਸਾਡੇ ਵੱਡੇ ਦੁਸ਼ਮਣ ਪੈਂਡਾ ਖਾਂ ਤਨੌਲੀ ਦਾ ਹੈੱਡਕੁਆਰਟਰ ਹੈ। ਇਹ ਇਲਾਕਾ ਸਿੰਧ ਨਦੀ ਉੱਤੇ ਕੰਡੇ ਸਥਿਤ ਹੈ ਜਿੱਥੇ ਪਹੁੰਚਣਾ ਬਹੁਤ ਔਖਾ ਹੈ ਪਰ ਤੁਹਾਡਾ ਇਹ ਆਗਿਆਕਾਰੀ ਦਾਸ ਇਸ ਫਲ ਬਾਰੇ ਪਤਾ ਕਰਨ ਦੀ ਪੂਰੀ ਕੋਸ਼ਿਸ਼ ਕਰੇਗਾ ਤਾਂ ਬਾਅਦ ਵਿੱਚ ਦਰਬੰਦ ਤੋਂ ਅੰਬ ਦਾ ਸਾਰਾ ਦਰਖਤ ਤੇ ਪੁੱਟ ਕੇ ਲਾਹੋ ਦਰਵਾਜ਼ਾ ਚ ਭੇਜਤਾ ਸੀ ਹਰੀ ਸਿੰਘ ਨਲੂਏ ਨੇ ਸਹਿਬਜ਼ਾਦਾ ਜਵਾਦ ਅਲਫੈਜੀ ਨੇ ਕਿਹਾ ਕਿ ਜਾਹਰ ਹੈ ਕਿ ਰਣਜੀਤ ਸਿੰਘ ਨੇ ਹਰੀ ਸਿੰਘ ਨਲੂਏ ਨੂੰ ਦਰਬੰਦ ਦੇ ਅੰਬ ਲਈ ਸੁਨਿਆਣੀ ਭੇਜਿਆ ਹੋਵੇਗਾ ਇਹ ਕੋਈ ਛੁਪਿਆ ਸਨੇਹਾ ਹੈ ਉਹ ਕਹਿੰਦੇ ਆ ਕਿ ਅਮਰਿਤ ਦਰਖਤ ਨੂੰ ਭੇਜਣ ਦਾ ਮਤਲਬ ਇਹ ਵੀ ਹੈ ਕਿ ਕੋਈ ਵਿਵਸਥਾ ਸਥਾਪਿਤ ਕਰਨਾ ਜਾਂ ਇਥੇ ਨੂੰ ਕੁਝ ਹੱਦ ਤੱਕ ਕੁਚਲਣਾ ਜਹਾਦ ਅਦਖਾਂ ਤਨੌਲੀ ਦਾ ਕਹਿਣਾ ਕਿ ਉਸ ਵੇਲੇ ਐਬਟਾਬਾਦ ਹੀ ਹੋਦ ਨਹੀਂ ਸੀ ਐਬਟਾਬਾਦ ਦੇ ਆਸ-ਪਾਸ ਕੁਝ ਇਲਾਕੇ ਸਨ ਹਰੀਪੁਰ ਨੂੰ ਹਜ਼ਾਰਾ ਡਿਵੀਜ਼ਨ ਦਾ ਗੇਟਵੇ ਮੰਨਿਆ ਜਾਂਦਾ ਸੀ ਹਰੀ ਸਿੰਘ ਨਲੂ